अपने दोष करना चाहिए। ਸਸਿਕਾਲ ਇਹ ਸਾਡਾ 14ਵਾਂ ਵਿਸਾਖੀ ਦਾ ਮੇਲਾ ਹੈ ਹੈਡਵੇ ਸਕੂਲ ਦਾ ਸਾਰੇ ਵਿੱਚ ਜਿਹਾਂ ਕਹਿੰਦੇ ਹਨ ਪੰਜ ਕਲਾਸਾਂ ਦੇ ਪ੍ਰੋਗਰਾਮ ਹੋ ਗਏ ਛੇ ਹੋ ਰਹੇ ਨੇ ਅਤੇ ਸਭ ਦੀ ਬਹੁਤ ਬਹੁਤ ਮਿਹਰਬਾਨੀ ਹੋ ਕੇ ਸਾਰੇ ਅਖੀਰ ਤੱਕ ਰਹਿਣ ਇਹ ਨਾ ਹੋਵੇ ਕਿ ਜਦੋਂ ਆਪਣੇ ਬੱਚਿਆਂ ਦਾ ਹੋ ਗਿਆ ਜਾਂ ਆਪਾਂ ਭੱਜੀਏ ਕੀ ਬਸ ਜਿਵੇਂ ਬੱਚੇ ਇੱਥੇ ਆਉਣਗੇ ਅੱਗੇ ਰਹਿ ਜਾਣ ਉਹਨਾਂ ਨੂੰ ਉਤਸ਼ਾਹ ਨਹੀਂ ਮਿਲਦਾ ਹਰ ਸਾਲ ਵਾਂਗੂ ਹੈਡਵੇ ਸਕੂਲ ਦੇ ਵਿੱਚ ਇੰਪਰੂਵਮੈਂਟ ਆਉਂਦੀ ਰਹਿੰਦੀ ਹੈ ਛੇਵੀਂ ਤੱਕ ਦੋ ਦੋ ਕਲਾਸਾਂ ਹੋ ਗਈਆਂ ਬੋਰਡ ਵਾਲੇ ਜਿਹੜੇ ਸਾਡੇ ਦੋ ਇਹਨਾਂ ਕੰਮਾਂ ਦੇ ਵਿੱਚ ਸਾਡੇ ਹੈੱਡ ਹਰ ਸਿੰਘ ਜੀਓ ਅਤੇ ਬਲਜਿੰਦਰ ਸਿੰਘ ਜੀਓ ਉਹ ਅੱਜ ਤੱਕ ਪਲੈਨ ਕਰ ਰਹੇ ਹਨ ਚਾਰ ਮਹੀਨਿਆਂ ਦੇ ਵਿੱਚ ਪਿੱਛੇ ਮਿਲ ਜਾਵੇ ਸ਼ਾਇਦ ਸਤਵੀਂ ਅੱਠਵੀਂ ਨੌਵੀਂ ਵੀ ਜ਼ਰੂਰ ਕਰਦੀ ਹੈ ਉਤਸ਼ਾਹ ਬਹੁਤ ਮਿਲ ਰਿਹਾ ਕਮਿਊਨਿਟੀ ਵੱਲੋਂ ਵੇਟਿੰਗ ਲਿਸਟਾਂ ਮਤਲਬ ਤਾਂ ਹੋਈਆਂ ਵੀ ਹੈ ਰਜਿਸਟ੍ਰੇਸ਼ਨ ਚੱਲ ਰਹੀ ਹੈ ਅੱਜ ਕੱਲ੍ਹ ਸੋ ਇਹ ਮੈਂ ਤੁਹਾਡੇ ਨਾਲ ਮਤਲਬ ਮਾੜੀ ਖੁਸ਼ਖਬਰੀ ਸ਼ੇਅਰ ਕਰਨ ਲਈ ਕਰਦਾ ਸੀਗਾ ਇਸ ਪਿੱਛੇ ਸੋਚ ਰਹੇ ਹਾਂ ਐਡਮਿਸ਼ਨ ਬਣ ਗਏ ਚਾਰ ਕੰਮਿਆਂ ਦੀ ਉਹਦੇ ਨਾਲ ਮਹਾਰਾਜ ਜਿਹੜੇ ਅਗਲੇ ਚਾਰ ਕੁ ਸਾਲ ਇੱਥੇ ਹੋ ਸਕਦੇ ਹੈ ਔਖੇ ਨਿਕਲ ਜਾਣਗੇ ਤਿੰਨ ਚਾਰ ਸਾਲ ਲਈ ਪ੍ਰੋਜੈਕਟ ਜਿਹੜਾ ਬਾਹਰ ਸਕੂਲ ਹੈ ਲੱਗੇ ਜਾਣਗੇ ਉੱਥੋਂ ਦੀ ਏਰੀਆ ਸਟਰਕਚਰ ਪਲੈਨ ਹੋ ਗਈ ਹੈ ਏ ਐਸ ਪੀ ਲਾਸਟ ਵੀਕ ਸੀਗੀ ਦੇ ਸਾਹਮਣੇ ਸੀ ਫਾਈਨਲ ਮੀਟਿੰਗ ਸੀ ਉਸ ਤੋਂ ਅੱਗੇ ਜਿਹੜੀ ਸਪੈਸੀਫਿਕ ਪਲੈਨ ਹੁੰਦੀ ਹੈ ਉਹ ਰੈਗੂਲੇਸ਼ਨ ਏਰੀਆ ਬਣਿਆ ਚੌਂਕੀ ਅਤੇ ਅੰਤਰੀ ਹੈਂਡੇ ਦੇ ਉੱਤੇ ਜਿਹੜੇ ਖੁੱਲ੍ਹੇ ਦੇ ਉੱਤੇ ਜ਼ਮੀਨ ਹੈਗੀ ਉੱਥੇ ਅਗਲੇ ਸਟੈਪ ਤੋਂ ਬਾਅਦ ਫਿਰ ਸਾਲ ਦੋ ਸਾਲ ਪਲੈਨਿੰਗ ਵਗੈਰਾ ਵਗੈਰਾ ਲੱਗ ਜਾਂਦੇ ਹੈ ਸੀ ਵਗੈਰਾ ਵਗੈਰਾ ਲੱਗ ਜਾਂਦੇ ਸੋ ਚਾਰ ਕੁ ਸਾਲ ਦੇ ਰੁਪਇਆ ਲੱਗ ਜਾਣਗੇ 2020 ਪੇਸ਼ ਕੀਤਾ ਤੁਸੀਂ ਉਸਨੂੰ ਬਹੁਤ ਪਸੰਦ ਕੀਤਾ ਸਾਧ ਲੋਕ ਮਿਲ ਜਾਂਦੀ ਹੈ ਨੀਡ ਐਂਡ ਸਰਵਿਸ ਉੱਥੇ ਸਕਸੈਸ ਆਉਂਦੀ ਹੈ ਕਿਸੇ ਚੀਜ਼ ਦੀ ਲੈ ਲਓ ਕੋਈ ਵੀ ਚੀਜ਼ ਹੈ ਚਾਹੇ ਉਹ ਇੰਟਰਟੇਨਮੈਂਟ ਇੰਡਸਟਰੀ ਹੈ ਚਾਹੇ ਉਹ ਫੂਡ ਇੰਡਸਟਰੀ ਹੈ ਚਾਹੇ ਉਹ ਐਜੂਕੇਸ਼ਨ ਜਾਂ ਹੈਲਥ ਇੰਡਸਟਰੀ ਹੈ ਨੀਡ ਐਂਡ ਸਰਵਿਸ ਉਹਦੇ ਕਿਸੇ ਦੇ ਨਾਲ ਡਿਵੈਲਪ ਹੁੰਦੀ ਹੈ ਕਦੇ ਵੀ ਝਿਜਕੋ ਨਾ ਜੇ ਤੁਹਾਨੂੰ ਕੋਈ ਗੱਲ ਪਸੰਦ ਨਾ ਆਵੇ ਮੇਰੇ ਨਾਲ ਗੱਲ ਕਰੋ ਉਹਦੇ ਕੋਲ ਮੈਂ ਪੱਕੇ ਦੇ ਨਾਲ ਵੀ ਲੈਂਦਾ ਸੰਬੰਧੀ ਉਹ ਇੱਕ ਆਈਡੀਆ ਹੈ ਕਿ ਅਸੀਂ ਸਕੂਲ ਨੂੰ ਇੰਪਰੂਵ ਕਰ ਸਕੀਏ ਕਮ ਸੇ ਕਮ ਤੁਹਾਨੂੰ ਜਵਾਬ ਮਿਲੂਗਾ ਵੀ ਇਹ ਅਸੀਂ ਕਿਉਂ ਕਰ ਰਹੇ ਹਾਂ ਜਿਹੜਾ ਸਾਡਾ ਸਟਾਫ ਹੈ ਉਹ ਇਹਨਾਂ ਐਕਸਪਰਟ ਹੋਇਆ ਵਾ 14 ਸਾਲਾਂ ਦੇ ਵਿੱਚ ਇੱਥੋਂ ਤੱਕ ਕਿ ਕਲਚਰ ਦੀ ਐਕਟੀਵਿਟੀਜ਼ ਜਿਹੜੀਆਂ ਹੁੰਦੀਆਂ ਉਹਨਾਂ ਨੂੰ ਪਤਾ ਐਗਜੈਕਟਲੀ ਕਿਵੇਂ ਕਰਨਾ ਕੀ ਕਰਨਾ ਬਗੈਰ ਚਾਹੇ ਤੋਂ ਜਿਵੇਂ ਕੋਈ ਪੰਜਾਬੀ ਸਿੱਖੀ ਜਾਂਦਾ ਹੈ ਕੋਈ ਪੰਜਾਬੀ ਸੀਟ ਸੂਟ ਪਾਉਂਦਾ ਹੈ ਕੋਈ ਪੰਜਾਬੀ ਸੂਟ ਸਿਲਾਈ ਕਰਨ ਲੱਗ ਗਿਆ ਹੈ ਕੋਈ ਮਤਲਬ ਹੈ ਕਿ ਵੀ ਅਸੀਂ ਆਪਣੇ ਕਲਚਰ ਜਿਹੜਾ ਸਾਡਾ ਪੰਜਾਬੀ ਕਲਚਰ ਹੈ ਇੰਡੀਅਨ ਕਲਚਰ ਹੈ ਉਹਨੂੰ ਅਸੀਂ ਇੰਟੀਗ੍ਰੇਟ ਕਰ ਰਹੇ ਹਾਂ ਕੈਨੇਡੀਅਨ ਕਲਚਰ ਦੇ ਵਿੱਚ ਸਾਨੂੰ ਪੂਰਾ ਹੱਕ ਵੀ ਹੈ ਇੱਥੇ ਰਹਿਣ ਦਾ ਕੰਮ ਕਰਨ ਦਾ ਪ੍ਰਫੁੱਲਿਤ ਹੋਣ ਦਾ ਪਰ ਅਸੀਂ ਆਪਣੀ ਜਿਹੜੀ ਹੈ ਪਹਿਚਾਣ ਹੈ ਉਹ ਵੀ ਰੱਖਣੀ ਹੈ ਅਸੀਂ ਦੂਸਰੇ ਦੀ ਚਾਲ ਸਿੱਧੀ ਸਿੱਧੀ ਆਪਣੀ ਨਹੀਂ ਭੁੱਲਣੀ ਪਰ ਜੇ ਦੂਸਰੇ ਕੋਲ ਚੰਗੇ ਕੰਮ ਹੈਗੇ ਹੈ ਅਸੀਂ ਉਹਨਾਂ ਨੂੰ ਅਪਣਾਉਣਾ ਵੀ ਹੈ ਕੋਈ ਅਸੀਂ ਇੱਥੇ ਇਸ ਵੱਲੋਂ ਕੋਈ ਚੀਜ਼ ਅਸੀਂ ਬਾਹਰ ਨਹੀਂ ਕੱਢ ਕੇ ਮਾਰਦੇ ਵੀ ਅਸੀਂ ਤਾਂ ਐਂ ਕਰਦੇ ਹੁੰਦੇ ਸੀ ਹੁਣ ਐਂ ਨਹੀਂ ਕਰਦੇ ਹਰ ਇੱਕ ਚੀਜ਼ ਉੱਤੇ ਵਿਚਾਰ ਹੁੰਦੀ ਹੈ ਜੇ ਉਹ ਸਾਡੇ ਬੱਚਿਆਂ ਨੂੰ ਅੱਗੇ ਲਿਆਉਂਦੀ ਹੈ ਅਸੀਂ ਉਹਨੂੰ ਅਡੋਪਟ ਕਰ ਲੈਂਦੇ ਹਾਂ ਜੇ ਉਹ ਸਾਡੇ ਬੱਚਿਆਂ ਦੇ ਲਈ ਹਾਨੀਕਾਰਕ ਹੁੰਦੀ ਹੈ ਅਸੀਂ ਉਹਨੂੰ ਛੱਡੇ ਛੱਡੇ ਚੱਲ ਦਿੰਦੇ ਹਾਂ ਅੱਜ ਕੱਲ੍ਹ ਕੁਐਸਚਨ ਆ ਰਹੇ ਹੈ ਇਹ ਨਵਾਂ ਮੈਥ ਕੀ ਚੀਜ਼ ਹੈ
yerlere. Kışın diyor. Toplayın anlasam mı hakka demokrasiyi yaptı. Toplayın bunu. Anyhow, to the apparently the culture has been whatever we teach us for a beginning in a second. Adapt karna is very easy. There are G, Pasu Panchi, Insan. There are environment to adapt to karna, to karna to karna. जितना ने साइंस पढ़ी है मेरे मम्मू थोड़ी बहुत ही तो उनको पता है कि एवोल्यूशन पढ़ी है वो तो सर्वाइवल ऑफ द फिटेस्ट में से एडैप्टेबिलिटी होती है क्योंकि चेंज हो गए एनवायरनमेंट के बीच जेड़े जेड़े जीव जंतु उसमें अडैप्ट कर जाते हैं उनका जीव दर पीढ़ी छोटी होती है जेड़े जीव जंतु उसको अडैप्ट नहीं कर सकते उन्होंने उसके इस काम लग जाता है जिसके बहुत इंसान या धर्म या कल्चर भी यही आते हैं जेडे कि समय के नाल अडैप्ट ना कर सके अज उन्होंने नाम निशान नहीं है जिवें कि ईरान देश है वो सारा पारसियों का देश सीगा इंपायरमेंट समय के नाल अडैप्ट ना कर सके अज उन्होंने सिर्फ थोड़ा बहुत नाम निशान इंडिया की जगह इस करके आपका उनके नवीन एनवायरनमेंट के लिए चाहिए एनवायरनमेंट से ना लड़ना नहीं इसको अडैप्ट करना है अपने आप ही ये भी बोलना कि ऐसी कौन है यही मत अगे का बच्चे को देगी है जब कि मैं ये आई कह रहा हूँ बोर्ड की भी पाओ मेरा स्टूडेंट पांचवी तो बारहवीं तक मैं पढ़ाया जब हम खड़ा हो रहा है हरमन की डोला वह ब्याह भी होया वो मेरा एक बच्चा भी है खुशी सानू होंगी है बी साढ़े बच्चे पढ़ाए भी पांचवी तो बारहवीं तक पढ़ाया वकील बने बीच हम अपने तक कर रहे हैं सो ये एक हरमन के डोले की गल नहीं अज तो पाँच दस साल तो मतलब ये सैकड़े हम हरमन के डोले होने हेडवे स्कूल ने जिन्हों गाइड किया देखो मास्टर प्लैन है ही मेरे दिमाग के यही मास्टर प्लैन है कि इतों जो जमे पले बच्चे है वो अपने आप को ना भुल बस जी कनेडियन जिंदगी है वो भी अडैप्ट कर अपनी कौम का भी फायदा कर इंडियनिज्म को भी दिमाग के अंदर रखन ते कैनेडा का भी फायदा कर क्योंकि कैनेडा एक होम टाणी है ब्रांच है जिसके ऊपर आप बैठे हैं इन आप कट नहीं सकते जी टाणी से बैठे हैं उसे दूर की कर दे ये टाणी के बीच में है सारा जो भी जिले पाकिस्तान वो भी है जो सारा धर्म है जो सारा कल्चर है चाहे वो इस्लाम है चाहे वो हिंदुइज्म है चाहे वो सिखिज्म है वो भी तरह की ब्रांच है जिसमें तो ऐसी बैठे हैं वो भी तो थोड़ा तो रखना है अपने कल्चर को थोड़ा तो रखना है कैनेडा को भी रखना है सब ये ना ये जी जिन्हें सिखाया मजे नहीं है वो टू प्लस टू इज इक्वल टू फोर जो तो पोतू पोतू अगे है दो दो दे दो चार हो जाते हैं ठीक है बहुत बढ़िया सीखे है पर उस तो अगे जो सीखे है अभी इस जिंदगी में कि मैं जीवना है कि मैं सक्सेसफुल होना है कि मैं ये वाला मिलना वर्तना है वो जो सीखे है हेडवे स्कूल के बीच इन रिगार्ड तो शुरू हो जाती है एक अवतामा तो सीखे हैं ना ले रिकॉर्ड की क्या सुने हो इन्हें बीच बीबी जी ने सीखे ही सीखे पर ही वो तो आज भी बीच बैठे नहीं है जिन्हें अपने जबजी साहब बैठ जाता है जहाँ फेस बैठ जाती है ऊपर डिवेल तो मतलब कुछ की कहते हैं सीखने में कहते हैं सीधा मतलब बोल की है छोटा रखते हैं टाइम ही सो किंडरगार्टन से लाके बारहवीं तक असली में यही भी सीखता है मेरे लिए कि जो अगे बदना है माँ के तरह माँ बाप के प्यार का शीला के नाम मदर कैनेडा की शीला के नाम के बदना है किसी के नाम वैर भावना ना रखो अपनी लाइन अगे बनाओ अपनी लाइन पर जीना हो ये भी लाइन हटाओ क्योंकि बहुत सारे मेरे वर्ग के पास में एज भी है जो आपकी लाइन होती है जिन्हें आप दूजे की कौन लगे मेरी लाइन होती होगी खुद ही लाइन में रहने दो आप भी लाइन में जीना कोई प्रॉब्लम नहीं ताकि सारे कहने में आया है तो इसलिए मैं समझ रहा हूँ दिमाग में
फर्स्ट टाइम मैं बोल सकती हूँ, थैंक यू फॉर कमिंग, बहुत बहुत मेहरबानी।